ਜੇਕਰ ਗੱਲ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਅੱਜ ਉਹਨਾਂ ਨੇ ਦਿੱੱਚਾ ਬੱਚਾ ਦਾ ਜਿਹੜਾ ਉਦਘਾਟਨ ਕੀਤਾ ਹੈ ਕੇਂਦਰ ਦਾ ਤੇ ਉੱਥੇ ਹੀ ਵਿਰੋਧੀ ਧਿਰ ਦੇ ਜਿਹੜੇ ਆਗੂ ਨੇ ਤੇ ਲੀਡਰ ਨੇ ਉਹਨਾਂ ਦੇ ਖਿਲਾਫ ਵੀ ਦਾ ਆਪਣਾ ਮੋਰਚਾ ਖੋਲ੍ਹਿਆ ਉਹਨਾਂ ਦਾ ਕਹਿਣਾ ਹੈ ਕਿ ਜੋ ਇਹਨਾਂ ਦੇ ਕੋਲ ਜਿਹੜੇ ਇਹਨਾਂ ਕੋਲ ਪੈਸੇ ਹੀ ਜਿਹੜੇ ਇਕੱਠੇ ਕੀਤੇ ਹੋਏ ਨੇ ਉਹ ਜਲਦੀ ਜਿਹੜੀ ਸਾਡੀ ਸਰਕਾਰ ਆਹੋ ਕਢਾਉਣ ਦਾ ਯਤਨ ਕਰਦੀ ਹੈ ਅੱਜ ਪੰਜਾਬ ਦਿਵਸ ਹੈ ਪੰਜਾਬ ਦਿਵਸ ਦੇ ਉੱਤੇ ਹਰਿਆਣੇ ਨੇ ਪੂਰੇ ਸਫੇ ਦਾ ਹਥਿਆਰ ਦਿੱਤਾ ਤੇ ਪੰਜਾਬ ਦਾ ਕੁਝ ਵੀ ਅਖਬਾਰਾਂ ਦੇ ਵਿੱਚ ਇੱਕ ਲਾਈਨ ਤੇ ਨਜ਼ਰ ਨਹੀਂ ਆਈ ਮੁੱਖ ਮੰਤਰੀ ਸਾਹਿਬ ਨੇ ਅੱਜ ਪੰਜਾਬ ਭਾਸ਼ਾ ਭਾਗ ਦੇ ਸੂਬਾ ਪੱਤਰੀ ਸਮਾਗਮ ਦੇ ਵਿੱਚ ਆਉਣਾ ਸੀ ਉਹ ਇੱਥੇ ਦੀ ਆਏ دونك ਉਹਨਾਂ ਤੋਂ ਪੁੱਛਿਆ ਜਾਂਦਾ ਕਿ ਸੱਤ ਮਹੀਨੇ ਤੁਹਾਨੂੰ ਹੋ ਗਏ ਸੱਤਾਂ ਸਾਲਾਂ ਤੋਂ ਇੱਥੇ ਭਾਸ਼ਾ ਭਾਗ ਦਾ ਡਾਇਰੈਕਟਰੀ ਹੈਗੀ ਅਗਲੇ ਸਮੇਂ ਦੇ ਵਿੱਚ ਉਹ ਪੈਸੇ ਸਰਕਾਰੀ ਖਜ਼ਾਨੇ ਚ ਅਜੇ ਜਾਣੇ ਕੇਸ ਲੜਿਆ ਜਾਊਗਾ ਕੇਸ ਲੜਨ ਤੋਂ ਬਾਅਦ ਅਦਾਲਤ ਉਹਦਾ ਕੀ ਫੈਸਲਾ ਸਰਾਉਂਦੀ ਆ ਉਹਦੇ ਤੇ ਨਿਰਭਰ ਹੈ ਪਰ ਜਿੰਨਾ ਪਿਛਲੇ ਸਮੇਂ ਦੇ ਦੌਰਾਨ ਭਾਵੇਂ ਕਾਂਗਰਸੀ ਆ ਅਕਾਲੀ ਆ ਕੋਈ ਹੋਰ ਹੈ ਪੰਜਾਬ ਦੇ ਨਾਲ ਬੇਇਨਸਾਫੀ ਕੀਤੀ ਆ ਪੰਜਾਬ ਨੂੰ ਲੁੱਟਿਆ ਉਹਨਾਂ ਦਾ ਪੈਸਾ ਕਢਣਾ ਚਾਹੀਦਾ ਇਹ ਮੁੱਖ ਮੰਤਰੀ ਸਾਹਿਬ ਨਾਲ ਸਹਿਮਤਾ ਸੀ ਰਾਤ ਮਿਲੀ ਆ ਥੋੜੀ ਜਿਹੀ ਮਹਿੰਗਾਈ ਘੱਟਦੀ ਹੋਈ ਨਜ਼ਰ ਆਈ ਆ ਜਿਹੜਾ ਸਿਲੰਡਰ ਆਹੋ 115 ਰੁਪਏ ਸਸਤਾ ਹੋ ਇਹ ਜਿਹੜਾ ਸਿਲੰਡਰ ਕੇਂਦਰ ਸਰਕਾਰ ਨੇ ਸਸਤਾ ਕੀਤਾ 115 ਰੁਪਏ ਇਹ ਕਮਰਸ਼ੀਅਲ ਸਿਲੰਡਰ ਆ ਵਪਾਰਕ ਕਹਿੰਦ ਰਿਹਾ ਜਿਹੜਾ ਫਲਵਾਈਆਂ ਦੀਆਂ ਦੁਕਾਨਾਂ ਤੇ ਹੋਰ ਥਾਵਾਂ 'ਤੇ ਵਰਤਿਆ ਜਾਂਦਾ ਤਾਪਿਆਂ ਤੇ ਵਰਤਿਆ ਜਾਂਦਾ ਹੈ ਇਹਦੇ ਵਿੱਚ 115 ਰੁਪਏ ਦੀ ਕਟੌਤੀ ਕੀਤੀ ਹੈ ਪਿਛਲੀ ਸਰਕਾਰ ਦੇ ਵੇਲੇ ਇਹ ਸਿਲੰਡਰ ਦੀ ਕੀਮਤ 900 ਦੇ ਆਸ-ਪਾਸ ਸੀ ਤੇ ਇਹ ਸਰਕਾਰ ਨੇ ਇਹਨੂੰ 2000 ਤੋਂ 파ਰ ਤੱਕ 파ਤਾ ਕੀ ਸਰਕਾਰਾਂ ਦੇ ਕੰਮ ਨੇ ਪਹਿਲਾਂ ਝੂਠ ਵਧਾ ਦਿਓ ਫਿਰ ਥੋੜੀ ਜਿਹੀ ਰਾਹਤ ਦੇ ਦਿਓ ਜਿਵੇਂ ਲੋਕ ਦੇ ਮੂੰਹ ਵਿੱਚ ਕਿਰੀ ਵਾਲੀ ਗੱਲ ਹੈ ਜੇਕਰ ਗੱਲ ਕੀਤੀ ਸਤਿੰਦਰ ਜੈਨ ਦੀ ਤਾਂ 10 ਕਰੋੜ ਰੁਪਏ ਪ੍ਰੋਡਕਸ਼ਨ ਮਨੀ ਦੇਣ ਲਈ ਮਜਬੂਰ ਕੀਤਾ ਗਿਆ ਹੈ ਕਹਿਣਾ ਹੈ ਚੰਦਰशेखर ਸਤਿੰਦਰ ਜੈਨ ਤੇ ਦੋਲਗਾਮ ਲੱਗਦੇ ਪਏ ਨੇ ਇੱਕ ਈੜੀ ਵੱਲੋਂ ਉਹਨਾਂ ਦੀ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਹੈ ਜਿਦੇ ਵਿੱਚੋਂ ਜੇਲ੍ਹ ਦੇ ਅੰਦਰ ਕੁਝ ਬੰਦਿਆਂ ਤੋਂ ਮਾਲਿਸ਼ ਕਰਾਉਂਦੇ ਨਜ਼ਰ ਆਉਂਦੇ ਨੇ ਜੇਕਰ ਗੱਲ ਕੀਤੀ ਜਾਵੇ ਹਰਪ੍ਰਿੰਜ ਨੀਤੀ ਜੋ ਕਿ ਕੈਬਨਿਟ ਮੰਤਰੀ ਨੇ ਤਾਂ ਉਹਨਾਂ ਨੇ ਪੀਡਬਲ ਡੀ ਦੇ ਜਿਹੜਾ ਦਫ਼ਤਰ ਦੇ ਵਿੱਚ ਚੈਕਿੰਗ ਪਹਿਲੀ ਵਾਰ ਗਏ ਮੰਤਰੀ ਸਾਹਿਬ ਨੇ ਵਾਰਨਿੰਗ ਦਿੱਤੀ ਕਿ ਕਿਹਾ ਕਿ ਅਗਲੀ ਵਾਰ ਤੋਂ ਕਾਰਵਾਈ ਹੋਇਆ ਕਰੇ ਪੁਲਿਸ ਵੱਲੋਂ ਲਗਾਤਾਰ ਗੈਂਗਸਟਰਾਂ ਦੀ ਭਾਲ ਜਾਰੀ ਹੈ ਤੇ ਕਈ ਥਾਵਾਂ ਤੇ ਛਾਪੇਮਾਰੀ ਵੀ ਕੀਤੀ ਹੈ ਰਿਤੇ ਉੱਤੀ ਪੰਡਿਆ ਪੁਲਿਸ ਵੱਲੋਂ ਅੱਜ 5 ਗੈਂਗਸਟਰ ਜਿਹੜਾ ਕਾਬੂ ਕੀਤਾ ਗਿਆ ਤੇ ਇੱਕ ਵੀ ਭਾਲ ਹਲ ਤੱਕ ਜਾਰੀ ਹੈ ਹਾਲੇ ਤੱਕ ਕਿਸੇ ਵੀ ਅਧਿਕਾਰੀ ਨੇ ਇਹਦੀ ਵਿਸਤਾਰਕ ਜਾਣਕਾਰੀ ਨਹੀਂ ਦਿੱਤੀ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਚੱਕ ਝੰਡੂ ਤੋਂ ਬੰਦੇ ਫੜੇ ਨੇ ਉਹਨਾਂ ਦੀ ਪਹਿਲਾਂ ਪੜਤਾਲ ਕੀਤੀ ਜਾਵੇਗੀ ਪੁਲਿਸ ਪੁੱਛਗਿੱਛ ਕਰੇਗੀ ਪੁੱਛਗਿੱਛ ਕਰਨ ਤੋਂ ਬਾਅਦ ਫਿਰ ਵੀਡੀਆ ਨੂੰ ਕੀ ਦੀ ਜਾਣਕਾਰੀ ਦਿੱਤੀ ਜਾਵੇਗੀ ਇਹ ਗੈਂਗਸਟਰ ਸੀ ਕੋਈ ਹੋਰ ਸੀ ਜਾਂ ਕੀ ਇਹਨਾਂ ਦਾ ਪਿਛੋਕੜ ਹੈ ਉਹ ਸਾਰਾ ਪਿਛੋਕੜ ਪੁਲਿਸ ਹੁਣ ਸੰਘਾਲ ਰਹੀ ਜੇਕਰ ਗੱਲ ਕੀਤੀ ਜਾਵੇ ਐਨਆਈਡੀ ਤਾਂ ਉਹਨਾਂ ਵੱਲੋਂ ਜਿਹੜਾ ਮਹਿਲਾ ਵਕੀਲ ਨੇ ਕਰ ਛਾਪਾ ਮਾਰੇ ਗਿਆ ਸੀ ਜਿਸ ਤੋਂ ਬਾਅਦ ਜਿਹੜਾ ਵੱਡਾ ਜਿਹੜਾ ਆਪਾਂ ਕਹਿ ਦਈਏ ਕਿ ਪਵਾੜਾ ਜਿਹੜਾ ਉਹ ਪਿੰਡ ਦਾ ਦਿਖਾਈ ਦੇ ਰਿਹਾ ਕਿਉਂਕਿ ਹਾਈ ਕੋਰਟ ਦੇ ਜਿਹੜੇ ਹਾਈ ਕੋਰਟ ਆ ਜਿਹੜੇ ਉਹਦੇ ਮੁਲਾਜ਼ਮ ਨੇ ਜਾਂ ਵਕੀਲ ਨੇ ਤਾਂ ਉਹਨਾਂ ਵੱਲੋਂ ਜਿਹੜਾ ਕੰਮ ਕਰਦੇ ਉਹ ਠੱਪ ਕਰ ਦਿੱਤਾ ਪਟੇ ਵਕੀਲ ਦੇ ਤੇ ਬਹੁਤ ਸਾਰੇ ਗੈਂਗਸਟਰਾਂ ਦੇ ਕੇਸ ਨੂੰ ਡਿਫੈਂਸ ਕਾਉਂਸਲ ਵੱਲੋਂ ਪਚਾ ਪੱਖ ਦੇ ਵਕੀਲ ਵਜੋਂ ਕਿ ਡਾਕਟਰ ਫੈਦੀ ਸ਼ਰਮਾ ਲਈ ਸਰਕਾਰੀ ਵਕੀਲ ਨੂੰ ਕਦੇ ਐਡਵੋਕੇਟ ਜਨਰਲ ਦਫ਼ਤਰ ਨੇ ਬੁਲਾ ਕੇ ਪੁੱਛਿਆ ਵੀ ਤੇਰਾ ਕੇਸ ਜਿਹੜਾ سزا ਕਿਉਂ ਨਹੀਂ ਹੋਇਆ ਸਰਕਾਰੀ ਵਕੀਲਾਵਾਰੇ ਆਮ مشورہ ਕੇ ਜਵਾਬ ਤੱਕ ਕਰਾਉਣੀ ਹੋਵੇ ਉਹਦਾ ਮੂੰਹ ਬੰਦ ਕਰਾ ਦਿਓ ਮੜਾ ਜੀ ਆਬਜੈਕਸ਼ਨ ਤੇ ਆਬਜੈਕਸ਼ਨ ਲਾਈ ਜਾਣਗੇ ਜਿੰਨਾ ਚਿਰ ਉਹਨੂੰ ਮਾਲ ਪੱਤਾ ਨਹੀਂ ਪਹੁੰਚਦਾ ਅੱਜ ਤੱਕ ਅਸ ਦੀ ਕਿਸੇ ਨੇ ਜਾਂਚ ਪੜਤਾਲ ਕੀਤੀ ਹੈ ਕਿ ਸਰਕਾਰੀ ਸਰਕਾਰੀ ਵਕੀਲਾਂ ਦੇ ਕਿੰਨੇ ਕੇਸੇ ਚੜਦੇ ਨੇ ਡਿਵਾਈਡ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਇੱਕ ਮੇਰੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜਿਸ ਦੇ ਵਿੱਚ ਅਸੀਂ ਬਹੁਤ ਬਹੁਤ ਗਰੇ ਮੁੱਦੇ ਤੇ ਚਰਚਾ ਕਰਦੇ ਤੇ ਚਰਚਾ ਕਰਨ ਲਈ ਸਾਡੇ ਨਾਲ ਨੇ ਡਿਫਾਈਵ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਲੋਈਆ ਉਹਨਾਂ ਦਾ ਸਵਾਗਤ ਕਰੀਏ ਸਤਿ ਸ਼੍ਰੀ ਅਕਾਲ ਜੀ ਬਹੁਤ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਮਿਹਰਬਾਨੀ ਭੰਗੂ ਸਾਹਿਬ ਜੇਕਰ ਗੱਲ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਅੱਜ ਉਹਨਾਂ ਨੇ ਜੱਚਾ ਬੱਚਾ ਦਾ ਜਿਹੜਾ ਉਦਘਾਟਨ ਕੀਤਾ ਹੈ ਕੇਂਦਰ ਦਾ ਤੇ ਉੱਥੇ ਹੀ ਵਿਰੋਧੀ ਧਿਰ ਜਿਹੜੇ ਆਗੂ ਨੇ ਤੇ ਲੀਡਰ ਨੇ ਉਹਨਾਂ ਦੇ ਖਿਲਾਫ ਜਿਹੜਾ ਆਪਣਾ ਮੋਰਚਾ ਖੋਲ੍ਹਿਆ ਉਹਨਾਂ ਦਾ ਕਹਿਣਾ ਹੈ ਕਿ ਜੋ ਇਹਨਾਂ ਦੇ ਕੋਲ ਜਿਹੜੇ ਇਹਨਾਂ ਕੋਲ ਪੈਸੇ ਜਿਹੜੇ ਇਕੱਠੇ ਕੀਤੇ ਹੋਏ ਨੇ ਉਹ ਜਲਦੀ ਜਿਹੜੀ ਸਾਡੀ ਸਰਕਾਰ ਆਹੋ ਕਢਾਉਣ ਦਾ ਯਤਨ ਕਰ ਰਹੀ ਹੈ ਜੀ ਦੇਖੋ ਜਦੋਂ ਨਵਾਂ ਨਾਮਾ ਕੋਈ ਤਖਤ ਤੇ ਬਹਿੰਦਾ ਉਹ ਆਪਣੇ ਤਰੀਕੇ ਨਾਲ ਪਿੰਡ ਹੋਵੇ ਉਹਦਾ ਸਰਪੰਚ ਉਹ ਓਵੇਂ ਚਲਾਉਂਦਾ ਹੈ ਸੂਬਾ ਉਹਦਾ ਮੁੱਖ ਮੰਤਰੀ ਹੁੰਦਾ ਉਹ ਆਪ ਦੇ ਤਰੀਕੇ ਨਾਲ ਚਲਾਉਂਦਾ ਹੈ ਪ੍ਰਧਾਨ ਮੰਤਰੀ ਹੋਵੇ ਉਹ ਆਪਣੇ ਤਰੀਕੇ ਨਾਲ ਚਾਹੁੰਦਾ ਸੋ ਜਿਨ੍ਹਾਂ ਨੇ ਦੇਜਾਇਜਤਾ ਨਾਲ ਪੈਸਾ ਕਮਾਇਆ ਲੁੱਟਿਆ ਜਰੂਰ ਉਹ ਸਰਕਾਰ ਦੇ ਖਜ਼ਾਨੇ ਵਿੱਚ ਜਾਣਾ ਚਾਹੀਦਾ ਲਿਓ ਅੱਜ ਪੰਜਾਬ ਦਿਵਸ ਹੈ ਪੰਜਾਬ ਦਿਵਸ ਦੇ ਉੱਤੇ ਹਰਿਆਣੇ ਨੇ ਪੂਰੇ ਸਫੇ ਦਾ ਇਸ਼ਤਿਹਾਰ ਦਿੱਤਾ ਤੇ ਪੰਜਾਬ ਦਾ ਕੁਝ ਵੀ ਅਕਵਾਰਾਂ ਦੇ ਵਿੱਚ ਇੱਕ ਲਾਈਨ ਕਿਤੇ ਨਜ਼ਰ ਨਹੀਂ ਆਈ ਮੁੱਖ ਮੰਤਰੀ ਸਾਹਿਬ ਨੇ ਅੱਜ ਪੰਜਾਬ ਭਾਸ਼ਾ ਭਾਗ ਦੇ ਸੂਬਾ ਪੱਤਰੀ ਸਮਾਗਮ ਦੇ ਵਿੱਚ ਆਉਣਾ ਸੀ ਉਹ ਇੱਥੇ ਨਹੀਂ ਆਏ ਕਿਉਂਕਿ ਉਹਨਾਂ ਤੋਂ ਪੁੱਛਿਆ ਜਾਂਦਾ ਕਿ ਸੱਤ ਮਹੀਨੇ ਤੁਹਾਨੂੰ ਹੋ ਗਏ ਸੱਤਾਂ ਸਾਲਾਂ ਤੋਂ ਇੱਥੇ ਭਾਸ਼ਾ ਭਾਗ ਦਾ ਡਾਇਰੈਕਟਰੀ ਹੈ ਨਹੀਂ ਕੋਈ ਚਲੋ ਉਹਨਾਂ ਨੇ ਸ਼ੈਡਿਊਲ ਮੁਤਾਬਕ ਉਹ ਜਗਰਾਉਂ ਗਏ 6 ਕਰੋੜ ਦੀ ਲਾਗਤ ਨਾਲ ਉੱਥੋਂ ਦੇ ਸਿਹਤ ਕੇਂਦਰ ਦੇ ਵਿੱਚ ਇੱਕ ਜੱਚਾ ਬੱਚਾ ਕੇਂਦਰ ਭਾਵ ਮਾਤਾ ਜਿਹਨੂੰ ਜੱਚਾ ਕਹਿੰਦੇ ਐ ਤੇ ਬੱਚਾ ਜਿਹੜਾ ਬੱਚਾ ਪੈਦਾ ਹੁੰਦਾ ਓ ਦਾ ਉਦਘਾਟਨ ਕੀਤਾ ਉੱਥੇ ਉਹਨਾਂ ਨੇ ਤੰਜ ਕੱਸਿਆ ਦੂਜਿਆਂ ਦੇ ਉੱਤੇ ਕਿ ਸਾਨੂੰ ਲੋਕ ਪੁੱਛਦੇ ਆ ਵੀ ਪੈਸੇ ਕਿੱਥੇ ਲੈ ਕੇ ਆਉਂਗੇ ਕਿਥੋਂ ਉਹ ਕਹਿੰਦੇ 50-50 ਲੱਖ ਰੁਪਈਆ ਸਾਨੂੰ ਰਿਸ਼ਵਤ ਦੇਣ ਵਾਸਤੇ ਆਉਂਦੇ ਆ ਅਸੀਂ ਉਹ ਲੈ ਕੇ ਆਵਾਂਗੇ ਉਹ ਤਾਂ ਕੇਸ ਪ੍ਰਾਪਰਟੀ ਹੈ ਅਗਲੇ ਸਮੇਂ ਦੇ ਵਿੱਚ ਉਹ ਪੈਸੇ ਸਰਕਾਰੀ ਖਜ਼ਾਨੇ ਚ ਤਾਂ ਅਜੇ ਜਾਣੇ ਨਹੀਂ ਕੇਸ ਲੜਿਆ ਜਾਊਗਾ ਕੇਸ ਲੜਨ ਤੋਂ ਬਾਅਦ ਅਦਾਲਤ ਉਹਦਾ ਕੀ ਫੈਸਲਾ ਸਰਉਂਦੀ ਆ ਉਹਦੇ ਤੇ ਨਿਰਭਰ ਹੈ ਪਰ ਜਿੰਨਾ ਪਿਛਲੇ ਸਮੇਂ ਦੇ ਦੌਰਾਨ ਭਵੇਂ ਕਾਂਗਰਸੀ ਆ ਅਕਾਲੀ ਆ ਕੋਈ ਹੋਰ ਹੈ ਪੰਜਾਬ ਦੇ ਨਾਲ ਬੇਇਨਸਾਫੀ ਕੀਤੀ ਆ ਪੰਜਾਬ ਨੂੰ ਲੁੱਟਿਆ ਉਹਨਾਂ ਦਾ ਪੈਸਾ ਕੱਢਣਾ ਚਾਹੀਦਾ ਇਹ ਮੁੱਖ ਮੰਤਰੀ ਸਾਹਿਬ ਨਾਲ ਸਹਿਮਤਾ ਸੀ ਉਹਨਾਂ ਨੇ ਕਿਹਾ ਸੀ ਇਹੋ ਚੀਜ਼ ਤਾਂ ਨਰਿੰਦਰ ਮੋਦੀ ਦਾ ਦਾਰਾ ਸੀ ਨਾ ਖਾਊਂਗਾ ਨਾ ਖਾਣੇ ਦੂੰਗਾ ਪਰ ਇਲਜ਼ਾਮ ਉਹਨਾਂ ਤੇ ਤਾਂ ਇਹ ਲੱਗਦਾ ਕਿ ਉਹ ਆਪ ਦੇ ਜੋਟੀਦਾਰਾਂ ਨੂੰ ਬਹੁਤ ਮਜ਼ਬੂਤ ਕਰ ਰਹੇ ਨੇ ਪੰਜਾਬ ਦੇ ਲੋਕ ਲੰਬੇ ਸਮੇਂ ਤੋਂ ਡੀਕਦੇ ਸੀ ਕਿ ਕੋਈ ਬੰਦਾ ਆਵੇ ਜਿਹੜਾ ਭ੍ਰਿਸ਼ਟਾਚਾਰ ਤੇ ਨਾ ਨੱਥ ਪਾਵੇ ਤੇ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਕੰਮ ਕਰ ਰਹੀ ਹੈ ਇਹਦਾ ਲੋਕ ਪ੍ਰਸ਼ੰਸਾ ਵੀ ਕਰਦੇ ਆ ਵੀ ਜੱਗਾ ਕੰਮ ਹੈ ਜਿਨ੍ਹਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਹੈ ਉਹਨਾਂ ਦੇ ਪੈਸੇ ਨਿਕਲਨੇ ਚਾਹੀਦੇ ਆ ਸੋ ਅੱਜ ਉੱਥੇ ਉਹਨਾਂ ਨੇ ਕੀਤਾ ਉੱਥੇ ਉਹਨਾਂ ਦਾ ਵਿਰੋਧ ਵੀ ਹੋਇਆ ਇਹ ਜੀਓ ਜੀ ਨੇ ਜਿਨ੍ਹਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਪੱਤਰਕਾਰਾਂ ਨਾਲ ਵੀ ਉੱਥੇ ਤਲਖ ਕਲਾਮੀ ਹੋਈ ਹੈ ਪੱਤਰਕਾਰ ਇੱਕ ਵਾਰੀ ਬਾਈਕਾਟ ਕਰ ਗਏ ਬਾਅਦ ਦੇ ਵਿੱਚ ਉੱਥੋਂ ਦਾ ਜਿਹੜਾ ਪ੍ਰਸ਼ਾਸਨ ਸੀ ਉਹ ਪੱਤਰਕਾਰਾਂ ਨੂੰ ਸਮਝਾ ਬੁਝਾ ਕੇ ਦੁਬਾਰਾ ਲੈ ਕੇ ਆਇਆ ਕਿ ਤੁਸੀਂ ਆਓ ਆਪਾਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਮੁੱਖ ਮੰਤਰੀ ਸਾਹਿਬ ਪਹਿਲੀ ਵਾਰ ਇਸ ਇਲਾਕੇ ਦੇ ਵਿੱਚ ਆਏ ਹੈ ਇਸ ਕਰਕੇ ਸਾਨੂੰ ਜਿਹੜਾ ਹੈਗਾ ਇਹ ਇਸ ਦਾ ਨਾਮ ਹੋਵੇ ਮੇਰੇ ਖਾਲ ਬਾਨ ਸਾਹਿਬ ਨੂੰ ਇਹਦਾ ਸਾਰੇ ਜ਼ਿਲ੍ਹੇ ਦੇ ਜ਼ਿਲ੍ਹਿਆਂ ਦੇ ਵਿੱਚ ਦੱਸ ਦੇਣਾ ਚਾਹੀਦਾ ਹੈ ਕਿ ਚੌਥੀ ਪੰਜਵੀਂ ਬਾਾਰ ਹੋ ਗਿਆ ਜੇ ਉਹ ਇੱਥੋਂ ਤੱਕ ਪਹੁੰਚੇ ਨੇ ਤੇ ਮੀਡੀਆ ਦਾ ਵੀ ਇੱਕ ਬਹੁਤ ਵੱਡੀ ਭੂਮਿਕਾ ਹੈ ਮੀਡੀਏ ਨੇ ਉਹਨਾਂ ਨੂੰ ਬਹੁਤ ਚੱਕਿਆ ਭਾਵੇਂ ਲੋਕ ਸਭਾ 'ਚ ਬੋਲਦੇ ਸੀ ਭਾਵੇਂ ਪੰਜਾਬ 'ਚ ਬੋਲਦੇ ਸੀ ਤੇ ਜੇ ਅੱਜ ਅਸੀਂ ਮੀਡੀਆ ਦੇ ਨਾਲ ਇਸੇ ਤਰ੍ਹਾਂ ਦੀ ਤਲਖ ਕਲਾਮੀਆਂ ਹੋਣਗੀਆਂ ਜਿਹੜੇ ਵੀ ਜ਼ਿੰਮੇਵਾਰ ਹਨ ਉਹਨਾਂ ਨੂੰ ਨੱਥ ਪਾਈ ਜਾਵੇ ਇਹ ਕੋਈ ਬਹੁਤਾ ਨਹੀਂ ਅੱਜ ਉੱਥੇ ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਉਥੋਂ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਨੂਕੇ ਉਹ ਵੀ ਹਾਜ਼ਰ ਸੀ ਤੇ ਜ਼ਿਲ੍ਹਾ ਪ੍ਰਸ਼ਾਸਨ ਵੀ ਉੱਥੇ ਹਾਜ਼ਰ ਸੀ ਜੀ ਉਦੋਂ ਜੇਕਰ ਗੱਲ ਕੀਤੀ ਆ ਆਮ ਆਦਮੀ ਦੀ ਤਾਂ ਉਹਨਾਂ ਨੂੰ ਜਿਹੜੀ ਰਾਤ ਮਿਲੀ ਆ ਥੋੜੀ ਜਿਹੀ ਮਹਿੰਗਾਈ ਘਟਦੀ ਹੋਈ ਨਜ਼ਰ ਆਈ ਆ ਜਿਹੜਾ ਸਿਲੰਡਰ ਆਹੋ 115 ਰੁਪਏ ਸਸਤਾ ਹੋ ਗਿਆ ਲੋਕਾਂ ਨੂੰ ਮੈ ਵੀ ਪਹਿਲਾਂ ਬੜਾ ਲੱਗਿਆ ਕਿ ਯਾਰ ਕੱਲ ਨੂੰ ਸਿਲੰਡਰ ਲੈਣਾ ਤੇ ਘੱਟੋ-ਘੱਟ ਚਲੋ 115 ਰੁਪਏ ਘੱਟ ਦੇਣੇ ਪੈਣਗੇ ਜੀ ਇਸ ਸਰਕਾਰਾਂ ਕਰਦੀਆਂ ਕੀ ਨੇ ਪਹਿਲਾਂ ਤਿੱਖੇ ਪੈਸੇ ਵਧਾ ਦਿਓ। ਭਾਪ 100 ਰੁਪਏ ਤੋਂ ਗਾਹਾਂ ਚੱਕ ਦਿਓ ਫਿਰ 10 ਰੁਪਏ ਘਟਾ ਦਿਓ। ਇਹ ਜਿਹੜਾ ਸਿਲੰਡਰ ਕੇਂਦਰ ਸਰਕਾਰ ਨੇ ਸਸਤਾ ਕੀਤਾ 115 ਰੁਪਏ ਇਹ ਕਮਰਸ਼ੀਅਲ ਸਿਲੰਡਰ ਹੈ ਵਪਾਰਕ ਸਿਲੰਡਰ ਹੈ। ਜਿਹੜਾ ਹਲਵਾਈਆਂ ਦੀਆਂ ਦੁਕਾਨਾਂ ਤੇ ਹੋਰ ਥਾਵਾਂ ਤੇ ਵਰਤਿਆ ਜਾਂਦਾ ਢਾਬਿਆਂ ਤੇ ਵਰਤਿਆ ਜਾਂਦਾ ਹੈ। ਇਹਦੇ ਵਿੱਚ 115 ਰੁਪਏ ਦੀ ਕਟੌਤੀ ਕੀਤੀ ਹੈ। ਪਿਛਲੀ ਸਰਕਾਰ ਦੇ ਵੇਲੇ ਇਹ ਸਿਲੰਡਰ ਦੀ ਕੀਮਤ 900 ਦੇ ਆਸ-ਪਾਸ ਸੀ ਤੇ ਇਹ ਸਰਕਾਰ ਨੇ ਇਹਨੂੰ 2000 ਤੋਂ ਪਾਰ ਤੱਕ ਪਾਤਾ ਆਮ ਸਿਲੰਡਰ ਵੀ ਜਿਹੜਾ ਪਿਛਲੇ ਸਾਲ 14 ਤੋਂ ਪਹਿਲਾਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵਿੱਚ 450 ਰੁਪਏ ਦਾ ਸੀ ਐਸ ਵੇਲੇ ਉਹ 1100 ਤੋਂ ਪਾਰ ਹੈ ਜੇ ਅੱਜ ਗਿਆ 1150 ਦੇ ਲਗਭਗ ਆਮ ਸਿਲੰਡਰ ਮਿਲਦਾ ਹੈ ਇਹਦਾ ਤੁਸੀਂ ਫਿਰ 100 ਰੁਪਿਆ ਘਟਾ ਦਿਓਗੇ 1100 ਨਹੀਂ 1000 ਦਾ ਮਿਲ ਜੂ ਪਰ ਵੱਧ ਤਾਂ ਦੁੱਗਣੇ ਤੋਂ ਵੱਧ ਗਿਆ ਇਸ ਸਰਕਾਰਾਂ ਦੇ ਕੰਮ ਨੇ ਪਹਿਲਾਂ ਚ ਵਧਾ ਦਿਓ ਫਿਰ ਥੋੜੀ ਜੀ ਰਾਹਤ ਦੇ ਦਿਓ ਜਿਵੇਂ ਊਠ ਦੇ ਮੂੰਹ ਵਿੱਚ ਜੀਰੇ ਵਾਲੀ ਗੱਲ ਹੈ ਸੋ ਇਹ ਵਪਾਰਕ ਸਿਲੰਡਰ ਘਟੇ ਆ ਕਿਤੇ ਮਤ ਸਮਝਣਾ ਕਿ ਘਰ ਵਾਲੇ ਸਿਲੰਡਰਾਂ ਦੇ ਵਿੱਚ ਕੋਈ ਕਮੀ ਆਈ ਹੈ ਜੀ ਜੀ ਜੇਕਰ ਗੱਲ ਕੀਤੀ ਸਤਿੰਦਰ ਜੈਨ ਨੇ ਤਾਂ 10 ਕਰੋੜ ਰੁਪਏ ਪ੍ਰੋਡਕਸ਼ਨ ਮਨੀ ਦੇਣ ਲਈ ਮਜਬੂਰ ਕੀਤਾ ਗਿਆ ਇਹ ਕਹਿਣਾ ਹੈ ਚੰਦਰ ਸ਼ੇਖਰ ਦਾਈ ਦッコ ਉਹਨਾਂ ਨੇ ਇਲਜ਼ਾਮ ਲਾਇਆ ਇਸ ਮਾਮਲੇ ਦੇ ਵਿੱਚ ਜੀ ਜਿਹੜਾ ਇਹ ਇਲਜ਼ਾਮ ਲਾਇਆ ਹੈ ਉਹ ਕਹਿੰਦੇ ਵੀ ਇੰਨੇ ਰੁਪਏ ਜਿਹੜੇ ਹੈਗੇ ਨੇ ਉਹ ਮੈਨੂੰ ਜਿੱਤੇ ਗਏ ਸੀ ਜੀ ਉਹਦੇ ਵਿੱਚ ਸਤਿੰਦਰ ਜੈਨ ਤੇ ਦੋ ਇਲਜ਼ਾਮ ਲੱਗਦੇ ਪਏ ਨੇ ਇੱਕ ਈੜੀ ਵੱਲੋਂ ਉਹਨਾਂ ਦੀ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਹੈ ਜਿਦੇ ਵਿੱਚੋਂ ਜੇਲ੍ਹ ਦੇ ਅੰਦਰ ਕੁਝ ਬੰਦਿਆਂ ਤੋਂ ਮਾਲਿਸ਼ ਕਰਾਉਂਦੇ ਨਜ਼ਰ ਆਉਂਦੇ ਨੇ ਇਹ ਵੀ ਸਵੇਰ ਦੀ ਬਹੁਤ ਉੱਠੀ ਹੋਈ ਹੈ ਤੇ ਭ੍ਰਿਸ਼ਟਾਚਾਰ ਰੋਕੂ ਅਤੇ ਮਨੀ ਲੈਂਡਰਿੰਗ ਐਕਟ ਤਹਿਤ ਇਹ ਮਾਮਲੇ ਦਾ ਸਾਹਮਣਾ ਕਰ ਰਹੇ ਨੇ ਜੇਲ੍ਹ ਵਿੱਚ ਬੰਦ ਕਥਿਤ ਦੋਸ਼ੀ ਸੁਕੇਸ਼ ਚੰਦਰਸ਼ੇਕਰ ਨੇ ਉਪ ਰਾਜਪਾਲ ਦਿੱਲੀ ਬੀਕੇ सक्सेना ਨੂੰ ਇੱਕ ਪੱਤਰ ਲਿਖਿਆ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਸੁਤੰਦਰ ਜੈਨ ਨੂੰ 10 ਕਰੋੜ ਰੁਪਏ ਦੇਣ ਦੀ ਪ੍ਰੋਟੈਕਸ਼ਨ ਬਣੀ ਦੇਣ ਲਈ ਮਜਬੂਰ ਕੀਤਾ ਗਿਆ ਸੀ ਉਹ ਪੱਤਰ ਵਿੱਚ ਉਹਨਾਂ ਨੇ ਕਿਹਾ ਕਿ ਰਾਜਤਾਨੀ ਤਿਹਾਰ ਜੇਲ੍ਹ ਵਿੱਚ ਬੰਦ ਹੈ ਆਪ ਨੇਤਾ ਨੂੰ ਇਹਨੂੰ ਉਹ 2015 ਤੋਂ ਜਾਣਦਾ ਹੈ ਉਹਨੇ ਇਹ ਵੀ ਦੋਸ਼ ਲਾਇਆ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਨੇ ਅਤੇ ਭ੍ਰਿਸ਼ਟਾਚਾਰ ਅਤੇ ਜਬਰੀ ਵਸੂਲੀ ਨੂੰ ਲੈ ਕੇ ਮੰਤਰੀ ਸੁਤਿੰਦਰ ਜੈਨ ਅਤੇ ਜੇਲ੍ਹ ਦੇ ਡਾਇਰੈਕਟਰ ਸੰਦੀਪ ਗੋਇਲ ਨੇ ਡਾਇਰੈਕਟਰ ਜਨਰਲ ਨੇ ਜਿਹੜੇ ਜ਼ਿਲ੍ਹਿਆਂ ਦੇ ਉਹਨਾਂ ਨੇ ਕਹਿੰਦੇ ਮੇਰੇ ਤੇ ਦਬਾਅ ਪਾਇਆ ਸੀ ਜੀ ਜੇਕਰ ਗੱਲ ਕੀਤੀ ਜਾਵੇ ਹਰਪ੍ਰੀਤ ਨੇ ਕਿ ਕਿ ਕੈਬਨਿਟ ਮੰਤਰੀ ਨੇ ਤਾਂ ਉਹਨਾਂ ਨੇ ਪੀਡਬਲਯੂਡੀ ਦੇ ਜਿਹੜਾ ਦਫ਼ਤਰ ਦੇ ਵਿੱਚ ਚੈਕਿੰਗ ਕੀਤੀ ਹੈ ਜੀ ਇਹ ਰੋਪੜ ਦਾ ਮਾਮਲਾ ਹੈ ਸੁਖਵੀਰ ਜੀ ਜੀ ਕੱਲ ਉਹ ਉੱਥੇ ਚੈਕਿੰਗ ਕਰਨ ਵਾਸਤੇ ਪਹੁੰਚੇ ਅਚਨਚੇਤ ਪਹੁੰਚ ਗਏ ਉਹਨਾਂ ਨੇ ਡੀਸੀ ਐਸਐਸਪੀ ਨੂੰ ਮੌਕੇ ਤੇ ਸੱਦਿਆ ਉੱਚ ਅਧਿਕਾਰੀਆਂ ਨੂੰ ਵੀ ਪੀਡਬਲਯੂਡੀ ਦੇਆਂ ਨੂੰ ਮਲਾਇਆ ਕਈ ਜਿਹੜੇ ਲੇਟ ਲਤੀਫੀ ਵਾਲੇ ਨੇ ਉਹਨਾਂ ਆਦਤ ਤੋਂ ਮਜਬੂਰ ਨੇ ਉਹ ਲੇਟ ਆਉਂਦੇ ਨੇ ਇਸ ਕਰਕੇ ਉਹਨਾਂ ਨੇ ਉਹਨਾਂ ਨੂੰ ਚੇਤਾਵਨੀ ਨਹੀਂ ਦਿੱਤੀ ਕਿ ਸੱਜਰੋਂ ਸਮੇਸਰ ਆਉਣਾ ਸ਼ੁਰੂ ਕਰ ਦਿਓ ਜੇ ਸਰਕਾਰਾਂ ਅਚੰਚਿਤ ਚੈਕਿੰਗ ਕਰਨ ਵਿਭਾਗਾ ਦੇ ਮੁਖੀ ਅਚੰਚਿਤ ਚੈਕਿੰਗ ਕਰਨ ਤੇ ਇਹ ਜਿਹੜੇ ਲੇਟ ਆਉਣ ਵਾਲੇ ਨੇ ਇਹਨਾਂ ਦੀ ਅੱਖ ਖੁੱਲ ਸਕਦੀ ਹੈ ਔਰ ਜੇ ਉਹਨਾਂ ਨੂੰ ਬਾਅਦ ਦੇ ਵਿੱਚ ਪਾਵੇਂ ਪਹਿਲੀ ਵਾਰ ਗਏ ਮੰਤਰੀ ਸਾਹਿਬ ਨੇ ਵਾਰਨਿੰਗ ਦਿੱਤੀ ਤੇ ਕਹਿਤਾ ਕਿ ਅਗਲੀ ਵਾਰ ਤੋਂ ਕਾਰਵਾਈ ਹੋਇਆ ਕਰੇਗੀ ਜੀ ਜੇਕਰ ਗੱਲ ਕੀਤੀ ਹੋਈ ਗੈਂਗਸਟਰਾਂ ਨੂੰ ਪੁਲਿਸ ਵੱਲੋਂ ਲਗਾਤਾਰ ਗੈਂਗਸਟਰਾਂ ਦੀ ਭਾਲ ਜਾਰੀ ਹੈ ਤੇ ਕਈ ਥਾਵਾਂ ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਤੇ ਉੱਤੀ ਪਿੰਡਾਂ ਪੁਲਿਸ ਵੱਲੋਂ ਅੱਜ 5 ਗੈਂਗਸਟਰਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਤੇ ਇੱਕ ਦੀ ਭਾਲ ਹਲੇ ਤੱਕ ਜਾਰੀ ਹੈ ਇਹ ਜਲੰਧਰ ਦੇ ਕੋਲ ਦਾ ਪਿੰਡ ਹੈ ਜੀ ਜੀ ਪਿੰਡ ਦਾ ਨਾਂ ਹੈਗਾ ਨਕੂਦਰ ਰੋਡ ਤੇ ਦੱਸਿਆ ਜਾਂਦਾ ਹੈ ਇਹਦੇ ਵਿੱਚ ਜਿਹੜਾ ਉੱਥੋਂ ਦਾ ਪਿੰਡ ਹੈ ਝੰਡੂ ਜੀ ਉਹਨਾਂ ਨੂੰ ਸਵਾਪਨ ਸਵੇਰੇ ਪਤਾ ਲੱਗਿਆ ਤਾਂ ਪੁਲਿਸ ਨੇ ਸਾਂਝਾ ਆਪਰੇਸ਼ਨ ਕੀਤਾ ਪਤਾ ਲੱਗਿਆ ਕਿ ਕੁਝ ਸ਼ੱਕੀ ਵਿਅਕਤੀ ਨੇ ਜਿਹੜੇ ਉਹ ਅੰਦਰ ਵੜ ਗਏ ਨੇ ਕਮਾਦ ਦੇ ਵਿੱਚ ਇਹਨਾਂ ਨੂੰ ਕਾਫੀ ਹੱਦ ਤੱਕ ਉਹਨਾਂ ਨੇ ਕੰਮ ਕੀਤਾ ਔਰ ਮੁਕਾਬਲਾ ਹੋਇਆ ਕਹਿੰਦੇ ਪੰਜ ਕਾਬੂ ਕਰ ਲੇ ਇੱਕ ਜਾਂ ਦੋ ਇਹ ਭੱਜੇ ਹੋਏ ਦੱਸੇ ਜਾਂਦੇ ਨੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਆਖਿਆ ਕਿ ਹੁਣ ਇਹਨਾਂ ਤੋਂ ਪੁੱਛਗਿੱਛ ਹੋਵੇਗੀ ਹਾਲੇ ਤੱਕ ਕਿਸੇ ਵੀ ਅਧਿਕਾਰੀ ਨੇ ਇਹਦੀ ਵਿਸਤਾਰਕ ਜਾਣਕਾਰੀ ਨਹੀਂ ਦਿੱਤੀ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਚੱਕ ਝੰਡੂ ਤੋਂ ਬੰਦੇ ਫੜੇ ਨੇ ਉਹਨਾਂ ਦੀ ਪਹਿਲਾਂ ਪੜਤਾਲ ਕੀਤੀ ਜਾਵੇਗੀ ਪੁਲਿਸ ਪੁੱਛਗਿੱਛ ਕਰੇਗੀ ਪੁੱਛਗਿੱਛ ਕਰਨ ਤੋਂ ਬਾਅਦ ਫਿਰ ਵੀਡੀਆ ਨੂੰ ਇਹਦੀ ਜਾਣਕਾਰੀ ਦਿੱਤੀ ਜਾਵੇਗੀ ਇਹ ਗੈਂਗਸਟਰ ਸੀ ਕੋਈ ਹੋਰ ਸੀ ਜਾਂ ਕੀ ਇਹਨਾਂ ਦਾ ਪਿਛੋਕੜ ਹੈ ਉਹ ਸਾਰਾ ਪਿਛੋਕੜ ਪੁਲਿਸ ਹੁਣ ਖੰਗਾਲ ਰਹੀ ਹੈ ਜੀ ਜੇਕਰ ਗੱਲ ਕੀਤੀ ਜਾਵੇ ਐਨਆਈਡੀ ਤਾਂ ਉਹਨਾਂ ਵੱਲੋਂ ਜਿਹੜਾ ਮਹਿਲਾ ਵਕੀਲੇ ਕਰ ਛਾਪਾਂ ਮਾਰੇ ਗਿਆ ਸੀ ਜਿਸ ਤੋਂ ਬਾਅਦ ਜਿਹੜਾ ਵੱਡਾ ਜਿਹੜਾ ਆਪਾਂ ਕਹਿ ਦਈਏ ਕਿ ਪਵਾੜਾ ਜਿਹੜਾ ਉਹ ਪਿੰਡ ਦਾ ਦਿਖਾਈ ਦੇ ਰਿਹਾ ਕਿਉਂਕਿ ਹਾਈ ਕੋਰਟ ਦੇ ਜਿਹੜੇ ਹਾਈ ਕੋਰਟ ਆ ਜਿਹੜੇ ਉਹਦੇ ਮੁਲਾਜ਼ਮ ਨੇ ਜਾਂ ਵਕੀਲ ਨੇ ਤਾਂ ਉਹਨਾਂ ਵੱਲੋਂ ਜਿਹੜਾ ਕੰਮਕਾਰਜ ਉਹ ਠੱਪ ਕਰ ਦਿੱਤਾ ਗਿਆ ਜੀ 18 ਅਕਤੂਬਰ 2022 ਜੀ ਡਾਕਟਰ ਸ਼ੈਲੀ ਸ਼ਰਮਾ ਨੇ ਇਹ ਇੱਕ ਵੱਡੇ ਵਕੀਲ ਨੇ ਤੇ ਬਹੁਤ ਸਾਰੇ ਗੈਂਗਸਟਰਾਂ ਦੇ ਕੇਸ ਨੂੰ ਡਿਫੈਂਸ ਕਾਉਂਸਲ ਵੱਲੋਂ ਬਚਾਅ ਪੱਖ ਦੇ ਵਕੀਲ ਵੱਲੋਂ ਇਹ ਡਾਕਟਰ ਸ਼ੈਲੀ ਸ਼ਰਮਾ ਲੈਂਦੀ ਨੇ ਪੰਘੂਸਾਵੇ ਦੇ ਵਿੱਚ ਅੱਜ ਬਾਦ ਦੁਪਹਿਰ ਜੀ ਸਾਰੀਆਂ ਅਦਾਲਤਾਂ ਦੇ ਵਿੱਚ ਅਗਲੇ ਸਮੇਂ ਤੱਕ ਦਾ ਵਕੀਲ ਭਾਈਚਾਰੇ ਨੇ ਬਾਈਕਟ ਕਰਤਾ ਜੀ ਜਦੋਂ ਇਹਨਾਂ ਨੂੰ 18 ਅਕਤੂਬਰ ਨੂੰ ਇਹਨਾਂ ਦੇ ਘਰੇ ਇਸ ਟੀਮ ਨੇ ਛੱਪਾ ਮਾਰਿਆ ਸੀ ਐਨਆਈਏ ਨੇ ਉਦੋਂ ਵੀ ਵਕੀਲ ਭਾਈਚਾਰੇ ਦੇ ਵਿੱਚ ਖਾਸ ਕਰ ਜਿਹੜੀ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੀ ਬਾਹਰ ਹੈ ਜ਼ਿਲ੍ਹਾ ਪਤਰੀ ਬਾਹਰ ਨੇ ਉਪ ਮੰਡਲ ਪਤਰੀ ਬਾਹਰ ਨੇ ਇਸ ਤੋਂ ਹੀਟ ਲਗਾ ਅਦਾਲਤਾਂ ਜਿੰਨੀਆਂ ਵੀ ਨੇ ਇਹਨਾਂ ਸਾਰਿਆਂ ਨੇ ਵੱਡੀ ਪੱਧਰ ਤੇ ਉੱਤੇ ਕੰਮ ਕਾਜ ਠੱਪ ਕਰ ਦਿੱਤਾ ਸੀ ਦੱਸਿਆ ਜਾਂਦਾ ਕਿ ਜਿਹੜੇ ਸ਼ੈਲੀ ਸ਼ਰਮਾ ਨੇ ਇਹ ਉਹ ਵਕੀਲ ਨੇ ਜਿਨ੍ਹਾਂ ਨੇ ਪਹਿਲਾਂ ਸੁੱਖਾ ਕਾਲ ਬਾਣੋਂ ਇੱਕ ਇੱਕ ਕੇਸ ਦੇ ਵਿੱਚੋਂ ਬਰੀ ਕਰਾਇਆ ਸੀ ਇਹ ਕੇਸ ਪੁਲਿਸ ਕਿਸ ਤਰੀਕੇ ਨਾਲ ਸੁੱਖਾ ਕਲਮਾ ਭਰੀ ਹੋ ਗਿਆ ਉਹ ਜਿਨ੍ਹਾਂ ਨੇ ਉਹਦੀ ਤਫਤੀਸ਼ ਕੀਤੀ ਸੀ ਕਿਸੇ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਉਹਨੂੰ ਪੁੱਛਿਆ ਵੀ ਤੇਰਾ ਕੇਸ ਇਸਰੇ ਤੇ ਕਿਉਂ ਨਹੀਂ ਚੜਿਆ ਕਮੀਆਂ ਕਿੱਥੇ ਸੀ ਕੇਸ ਬੰਨਣ ਵੇਲੇ ਇੰਸਪੈਕਟਰ ਡੀਐਸਪੀ ਐਸਪੀ ਐਸਐਸਪੀ ਡੀਆਈਜੀ ਆਈਜੀ ਏਡੀਜੀਪੀ ਡੀਜੀਪੀ ਇਹਨਾਂ ਚੋਂ ਕੋਈ ਚੱਕ ਨਹੀਂ ਕਰਦਾ ਆ ਜਿਹੜੇ ਸਰਕਾਰੀ ਵਕੀਲ ਰੱਖੇ ਹੋਏ ਨੇ ਇਹ ਕੀ ਕਰਦੇ ਨੇ ਸਰਕਾਰੀ ਵਕੀਲ ਨੂੰ ਕਦੇ ਐਡਵੋਕੇਟ ਜਨਰਲ ਦਫਤਰ ਨੇ ਬੁਲਾ ਕੇ ਪੁੱਛਿਆ ਵੀ ਤੇਰਾ ਕੇਸ ਜਿਹੜਾ سزا ਕਿਉਂ ਨਹੀਂ ਹੋਇਆ ਸਰਕਾਰੀ ਵਕੀਲਾਵਾਰੇ ਆਮ مشورہ ਕੇ ਜਵਾਨਤ ਕਰਾਉਣੀ ਹੋਵੇ ਉਹਦਾ ਮੂੰਹ ਬੰਦ ਕਰਾ ਦਿਓ ਮੜੇ ਜਾ ਕਈ ਹੋਰ ਮਾਮਲਿਆਂ ਦੇ ਵਿੱਚ ਆਉਦੇ ਮੈਨੂੰ ਯਾਦ ਹੈ ਇੱਕ ਵਾਰੀ ਇੱਕ ਵੱਡੇ ਸਿਆਸੀ ਆਗੂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਪੁੱਛਿਆ ਉਹ ਕਹਿੰਦਾ ਜੀ ਜੇ ਕੋਈ ਪਰਚਾ ਦਰਜ ਕਰਾਉਣ ਤੋਂ ਬਾਅਦ ਆਈਓ ਵਾਸਤੇ ਵਿਵਪਤਾ ਖੜੀ ਹੋ ਜਾਂਦੀ ਹੈ ਕੋਈ ਵਕੀਲ ਸਰਕਾਰੀ ਵਕੀਲ ਆਬਜੈਕਸ਼ਨ ਤੇ ਆਬਜੈਕਸ਼ਨ ਲਾਈ ਜਾਂਦੇ ਜਿੰਨਾ ਚਿਰ ਉਹਨੂੰ ਮਾਲ ਪੱਤਾ ਨਹੀਂ ਪਹੁੰਚਦਾ ਅੱਜ ਤੱਕਰ ਇਸ ਦੀ ਕਿਸੇ ਨੇ ਜਾਂਚ ਪੜਤਾਲ ਕੀਤੀ ਹੈ ਕਿ ਸਰਕਾਰੀ ਧਿਰ ਸਰਕਾਰੀ ਵਕੀਲਾਂ ਦੇ ਕਿੰਨੇ ਕੇਸ ਸਰੇ ਚੜਦੇ ਨੇ ਸੋ ਇਹ ਜਿੰਨੀਆਂ ਵਾਰ ਨੇ ਉਹਨਾਂ ਨੇ ਫੇਰ ਇਹ ਕਿਹਾ ਕਿ ਸਾਡੇ ਕੰਮਕਾਜ ਦੇ ਵਿੱਚ ਦਾਖਿਆ ਵਕੀਲ ਹੈ ਵਕੀਲ ਨੇ ਵਕੀਲ ਬੰਨਣਾ ਖੜਕੂਬਾਦ ਵੇਲੇ ਵੀ ਤਾਂ ਵਕੀਲ ਬੰਨਦੇ ਰਹੇ ਨੇ ਇਸ ਕਰਕੇ ਬਹੁਤ ਸਾਰੇ ਵਕੀਲ ਉਹਨਾਂ ਦਾ ਆਪਣਾ ਕੀਤਾ ਉਹਦੇ ਨਾਲ ਉਹ ਕੰਮ ਕਰਦੇ ਆ ਜੀ ਜੀ ਸੰਯੁਕਤ ਰਾਸ਼ਟਰ ਦੇ ਜਨਰਲ ਜਨਰਲ ਸਕੱਤਰ ਨੇ ਕਿਹਾ ਹੈ ਕਿ ਪੱਤਰਕਾਰਾਂ ਦੀ ਸੁਰੱਖਿਆ ਜਿਹੜੀ ਉਹ ਯਕੀਨੀ ਬਣਾਈ ਜਾਵੇ ਪੰਗੂ ਸਾਹਿਬ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਐਟਿਨੀਓ ਗੁਟ੍ਰਿਸ ਜੀ ਬਹੁਤ ਵੱਡੀ ਪੋਸਟ ਹੈ ਉਹਨਾਂ ਨੇ ਕਿਹਾ ਸਰਕਾਰਾਂ ਨੂੰ ਵੱਖ-ਵੱਖ ਦੇਸ਼ਾਂ ਦੀਆਂ ਨੂੰ ਕਿ ਤੁਸੀਂ ਪੱਤਰਕਾਰਾਂ ਦੀ ਯਕੀਨੀ ਨੂੰ ਸਹੀ ਬਣਾਓ ਯਕੀਨੀ ਬਣਾਓ ਉਹਨਾਂ ਨੂੰ ਪੱਤਰਕਾਰਾਂ ਨੇ ਕਹਿੰਦੇ ਵੀ 70 ਦੇ ਕਰੀਬ ਇਸ ਸਾਲ ਦੇ ਵਿੱਚ ਪੱਤਰਕਾਰਾਂ ਦੀ ਹੱਤਿਆ ਹੋ ਗਈ ਹੈ ਵੱਖ-ਵੱਖ ਥਾਵਾਂ ਤੇ ਜੇ ਪੱਤਰਕਾਰ ਸਹੀ ਪੋਜੀਸ਼ਨ ਲੋਕਾਂ ਤੱਕ ਨਹੀਂ ਲਿਆਂਗੇ ਉਹ ਆਪਣੇ ਕਿਤੇ ਨਾਲ ਗਦਾਰੀ ਕਰ ਰਹੇ ਹੋਣਗੇ ਤੇ ਪੱਤਰਕਾਰ ਜਾਨ ਜੋਖਮ ਚ ਪਾ ਕੇ ਸੂਚਨਾ ਸਹੀ ਪਹੁੰਚਾਉਣ ਦਾ ਯਤਨ ਕਰਦੇ ਆ ਪਰ ਬਹੁਤ ਸਾਰਾ ਜਿਹੜਾ ਗੋਦੀ মিডিਆ ਬਣ ਗਿਆ ਉਹੀ ਭਾਸ਼ਾ ਬੋਲਦੇ ਆ ਜੋ ਸਰਕਾਰਾਂ ਚਾਹੁੰਦੀਆਂ ਨੇ ਪੱਤਰਕਾਰੀ ਦਾ ਖੇਤਰ ਵੀ ਅੱਜ ਕੱਲ ਦੇ ਯੁੱਗ ਦੇ ਵਿੱਚ ਇੱਕ ਬਹੁਤ ਘਾਤਕ ਮੈਂ ਕਹਿ ਸਕਦਾ ਕਿ ਬੜੀ ਕੰਡਿਆਂ ਦੀ ਸੇਜ ਆ ਲੋਕਾਂ ਨੂੰ ਬਹੁਤ ਜਿਮੇਵਾਰੀ ਨਾਲ ਕੰਮ ਕਰਨਾ ਪੈ ਰਿਹਾ ਤੇ ਮੁਸ਼ਕਲਾਂ ਦੇ ਦੌਰ ਚੋਂ ਲੰਘਣਾ ਪੈਂਦਾ ਜੀ ਜੇਕਰ ਗੱਲ ਕੀਤੀ ਹੈ ਹਰਿਆਣਾ ਦੇ ਮੁੱਖ ਮੰਤਰੀ ਮਨੋ ਰਾਮ ਖੱਟੜ ਦੀ ਤਾਂ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਮੁਕਾਬਲੇ ਹਰਿਆਣਾ ਦੇ ਵਿੱਚ ਜਿਹੜੀ ਪ੍ਰਾਲੀ ਆਹੋ ਘਟ ਸਾੜੀ ਜਾ ਰਹੀ ਹੈ ਜੀ ਪੰਗੂ ਸਾਹਿਬ ਉਹਨਾਂ ਦੀ ਗੱਲ ਦੇ ਨਾਲ ਮੈਂ 100% ਸਹਿਮਤ ਹਾਂ ਸਾਡੇ ਮੁਕਾਬਲੇ ਹਰਿਆਣਾ ਕਾਫੀ ਅੱਗੇ ਜਾ ਰਿਹਾ ਭਾਵੇਂ ਦਰਜਾ ਉਹਦੇ ਕੋਲ ਛੋਟੇ ਭਰਾ ਦਾ ਵੱਖ-ਵੱਖ ਖੇਤਰਾਂ ਵਿੱਚ ਸਾਡੇ ਨਾਲੋਂ ਹਰਿਆਣਾ ਅੱਗੇ ਹੈ ਇਹ ਸਾਡੇ ਰਾਜਨੀਤਿਕ ਲੋਕਾਂ ਨੂੰ ਸਮਝਣਾ ਹੋਵੇਗਾ ਪ੍ਰਾਲੀ ਦੇ ਮਾਮਲੇ ਦੇ ਵਿੱਚ ਮਨੋਰਨਾਲ ਕਟੜਨ ਸਾਹਿਬ ਕਹਿੰਦੇ ਨੇ 15 ਸਤੰਬਰ ਤੋਂ 30 ਅਕਤੂਬਰ ਤੱਕ ਪੰਜਾਬ ਦੇ ਵਿੱਚ 13873 ਥਾਵਾਂ ਤੇ ਪ੍ਰਾਲੀ ਫੂਕ ਦਿੱਤੀ ਗਈ ਜਦੋਂ ਕਿ ਹਰਿਆਣੇ ਦੇ ਵਿੱਚ ਕੇਵਲ 1925 ਜਗ੍ਹਾ ਇਹ ਤਾਂ ਬਹੁਤ ਘੱਟਾਂਕੜ ਹੈ ਜੀ ਦਸ ਮਹੀਸਾ ਵੀ ਨਹੀਂ ਸਮਾਤ ਤੇ ਛੋਟਾ ਕਿਸਾਨ ਉਥੇ ਵੀ ਹੈ ਮਜਬੂਰੀ ਉਥੇ ਵੀ ਹੈ ਕਿਸਾਨਾਂ ਦੀ ਔਰ ਜਿਹੜਾ ਇਹ ਅੰਕੜਾ ਉਹਨਾਂ ਨੇ ਦਿੱਤਾ ਇਹ ਪੰਜਾਬ ਦੇ ਹੁਕਮਰਾਨਾਂ ਦੇ ਮੱਥੇ ਤੇ ਕਲੰਕ ਹੈ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਦਿਆਂ ਤੇ ਆਪਾਂ ਕੱਲ ਗੱਲ ਕੀਤੀ ਸੀ 80 80 ਹਜ਼ਾਰ ਤੱਕ ਇਥੇ ਕੇਸ ਜਾਂਦੇ ਨੇ ਇੱਕ ਦੀ ਸੱਲ ਵੀ ਜ਼ਿਆਦਾ ਹੋਈ ਮੀ ਵੀ ਜ਼ਿਆਦਾ ਪਏ ਇਸ ਕਰਕੇ ਮੈਂ ਮਹਿਸੂਸ ਕਰਦਾ ਕਿ ਇਹ ਜਿਹੜਾ ਇਸ ਤਰ੍ਹਾਂ ਦਾ ਘਟਨਾਕੌਰ ਵਾਪਰ ਰਿਹਾ ਇਹ ਬਹੁਤ ਮੜ ਇਹ ਕਹਿ ਕੇ ਕਿ ਸਾਡੀ ਮਜਬੂਰੀ 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 ਇਹਦੇ ਨਾਲ ਨਾ ਦੇਖਿਆ ਜਾਵੇ ਭਾਵੇਂ ਕਿਸਾਨ ਹੈ ਭਾਵੇਂ ਕਿਸਾਨ ਜਥੇਬੰਦੀਆਂ ਨੇ ਖੇਤੀਬਾੜੀ ਅਧਿਕਾਰੀ ਹੈ ਮਾਲ ਅਧਿਕਾਰੀ ਹੈ ਖੇਤੀਬਾੜੀ ਮੰਤਰੀ ਹੈ ਤੇ ਡਾਇਰੈਕਟਰ ਵਗੈਰਾ ਨੇ ਇਹਨਾਂ ਦੇ ਇਹਨੂੰ ਜੇ ਤੁਸੀਂ ਹੱਲ ਕਰਨਾ ਹੈ ਤਾਂ ਜ਼ਮੀਨੀ ਹਕੀਕਤ ਤੇ ਜਾਓ ਜ਼ਮੀਨੀ ਹਕੀਕਤ ਤੇ ਜਾ ਕੇ ਦੇਖੋ ਕਿ ਅਸਲ ਸਮੱਸਿਆ ਕਿੱਥੇ ਖੜੀ ਹੈ ਆ ਕੱਲ ਮੁੱਖ ਸਕੱਤਰ ਸਾਹਿਬ ਨੇ ਮੀਟਿੰਗ ਕਰ ਲਈ ਅਧਿਕਾਰੀਆਂ ਨਾਲ ਚੰਡੀਗੜ੍ਹ ਦੇ ਇੱਕ ਠੰਡੇ ਜਿਹੇ ਕਮਰੇ 'ਚ ਬਹਿ ਕੇ ਲਓ ਜੀ ਲੰਬੜਦਾਰੋ ਤੁਹਾਡੇ ਤੇ ਚੜਤਾ ਕੌਣ ਸੰਦਾਲ ਲੰਬੜਦਾਰ ਦੀ ਕੁਝ ਲੰਬੜਦਾਰ ਤਾਂ ਰਜਿਸਟਰੀਆਂ 'ਚ ਹੀ ਲੱਗੇ ਰਹਿੰਦੇ ਆ ਸਾਰਾ ਦਿਨ ਉਹਨਾਂ ਦੇ ਰਜਿਸਟਰੀ ਦੇ ਉੱਤੇ ਦਸਤਕਤ ਕਰਨ ਦੇ ਮੋਹਰ ਲਾਉਣ ਦੇ 4 ਰੁਪਏ ਬੰਦੇ ਪਿੰਡ ਦੇ ਵਿੱਚ ਕੋਈ ਸਮਾਂ ਹੁੰਦਾ ਸੀ ਜਦੋਂ ਨੰਬਰਦਾਰ ਮਾਮਲਾ ਵਗੈਰਾ ਅਗਰ ਹੁੰਦੇ ਸੀ ਉਹਨਾਂ ਨੂੰ ਵੀ ਉਹਦੇ ਚ ਕੁਛ ਨਾ ਕੁਛ ਮਿਲਦਾ ਹੁੰਦਾ ਸੀ ਮਾਨ ਪੱਤਾ ਵੀ ਸੀ ਇਹ ਚੀਜ਼ ਇੱਕ ਬੰਦਾ ਜਾ ਕੇ ਖੇਤ ਦੇ ਵਿੱਚ ਜਿੱਥੇ 50 ਬੰਦੇ ਖੜੇ ਹੋਣ ਉਹਨੂੰ ਕਿਵੇਂ ਰੋਕ ਦੋ ਤੇ ਤੁਸੀਂ ਲਾਲ ਲਕੀਰ ਦੀ ਐਂਟਰੀ ਕਿਉਂ ਵਾਪਸ ਲੈ ਲਈ ਕਿਉਂਕਿ ਕਿਸਾਨ ਜਥੇਬੰਦੀਆਂ ਦਾ ਤੁਹਾਡੇ ਤੇ ਦਬਾਅ ਆਇਆ ਇਹ ਨੂੰ ਮੈਂ ਕਿਸੇ ਨੂੰ ਵੀ ਮਨਫੀ ਨਹੀਂ ਕਰਦਾ ਸਾਰਿਆਂ ਨੂੰ ਆਪੋ ਆਪਣੀ ਭੂਮਿਕਾ ਅਦਾ ਕਰਨੀ ਪਾਉਗੀ ਜਿਨ੍ਹਾਂ ਦੀ ਮਜਬੂਰੀ ਵਾਸਾ ਛੋਟੇ ਨੇ ਸਮਾਨਤ ਨੇ ਦਰਮਿਆਨੇ ਨੇ ਉਹਨਾਂ ਦੀ ਗੱਲ ਵੀ ਸੁਣੋ ਜਾ ਕੇ ਤੇ ਇਹ ਕਹਿਣਾ ਨਾਲ ਹਰਿਆਣੇ ਨੇ ਇੱਕ ਗੱਲ ਕਹਿਤੀ ਹੈ ਕਿ ਅਸੀਂ ਐਮਐਸਪੀ ਦੇ ਉੱਤੇ 1000 ਰੁਪਿਆ ਏਕੜ ਪ੍ਰਾਲੀ ਉਹਨਾਂ ਦੀ ਖਰੀਦਾਂਗੇ ਤੇ ਪੰਜਾਬ ਵਾਲੇ ਕਿਉਂ ਨਹੀਂ ਕਰਦੇ 2500 ਰੁਪਿਆ ਕਹਤਾ ਸੀ ਮਾਨ ਸਾਹਿਬ ਨੇ 1500 ਕੇਂਦਰ ਦੇਵੇ ਹਜ਼ਾਰ ਕੇਜਰੀਵਾਲ ਸਾਹਿਬ ਤੇ ਹਜ਼ਾਰ ਤੁਸੀਂ ਕੇਂਦਰ ਵਾਲਾ ਬਾਅਦ ਚ ਡੀਕਤੇ ਰਹਿੰਦੇ ਭਲਾ ਹਜ਼ਾਰ ਵਾਲਾ ਆਪਣਾ ਜਾਰੀ ਕਰ ਦਿੰਦੇ ਹਾਲੇ ਤੱਕ ਤਾਂ ਸਾਰੇ ਕਿਸਾਨਾਂ ਨੂੰ ਥੋੜਾ ਜਿਹੜਾ ਉਹ ਜਾਰੀ ਕੀਤਾ ਸਿੱਧੀ ਬਜਾਈ ਵਾਲਾ ਉਹ ਪੂਰਾ ਨਹੀਂ ਹੋਇਆ ਜਿਹੜੀ 1996 ਤੋਂ ਇੱਥੇ ਬਿਜਲੀ ਤੇ ਮੁਕਤਕੋਰੀ ਹੋਈ ਜੇ ਉਸ ਚੀਜ਼ ਨੂੰ ਇਹਦੇ ਨਾਲ ਜੋੜਿਆ ਜਾਂਦਾ ਤਾਂ ਸਾਰੇ ਕਿਸਾਨਾਂ ਦੇ ਟਿਊਬਵਲਾਂ ਦੇ ਉੱਤੇ ਸੋਲਰ ਬਿਜਲੀ ਦਾ ਪਲਾਂਟ ਵੀ ਲੱਗ ਜਾਂਦਾ ਅਤੇ ਉਹਨਾਂ ਨੂੰ ਇਹ ਮਸ਼ੀਨਰੀ ਵੀ ਮਹੀਆ ਹੋ ਜਾਂਦੀ ਮੁਖਤਚ ਜਾ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਲੈ ਜਾ ਕੇ ਦਿਓ ਜੇ ਤੁਸੀਂ ਇਹਦੇ ਤੇ ਕੋਈ ਗੱਲ ਕਰਨੀ ਹੈ ਜੀ ਫੈਕਟਰੀ ਦੇ ਵਿੱਚ ਗੈਸ ਲੀਕ ਹੋਣ ਦੇ ਨਾਲ ਮੱਚੀ ਹਫੜਾ ਦਬੜੀ ਜੀ ਇਹ ਗੈਸਪੁਰਾ ਦੇ ਹੈਗਾ ਜੀ ਲੁਧਿਆਣੇ ਦੇ ਵਿੱਚ ਜਿੱਥੇ ਫੈਕਟਰੀ ਹੈ ਉਸ ਫੈਕਟਰੀ ਦੇ ਵਿੱਚ ਕਹਿੰਦੇ ਗੈਸ ਲੀਕ ਹੋ ਗਈ ਆਕਸੀਜਨ ਦੀ ਇਹ ਫੈਕਟਰੀ ਹੈ ਗੈਸ ਬਣਾਉਣ ਦੀ ਜੀ ਉਹ ਪਾਈਪ ਸ਼ਾਇਦ ਕੋਈ ਢਲਾ ਮਠਾ ਹੋ ਗਿਆ ਉਹਦੇ ਚੋ ਹੋਈ ਅਧਿਕਾਰਤ ਤੌਰ ਤੇ ਭਾਵੇਂ ਪੁਸ਼ਟੀ ਨਹੀਂ ਕੀਤੀ ਪਰ ਅਧਿਕਾਰੀਆਂ ਨੇ ਉਧਰਲੇ ਪਾਸੇ ਬਹੀਰਾ ਕਰਤੀਆਂ ਉੱਥੇ ਜਾ ਕੇ ਸਾਰੇ ਸਿਸਟਮ ਨੂੰ ਦੇਖਿਆ ਔਰ ਕਹਿੰਦੇ ਆ ਕਿ ਉਹਦੇ ਤੇ ਬੁੱਢਲੇ ਤੌਰ ਦੇ ਉੱਤੇ ਕੰਮ ਕਰ ਲਿਆ ਗਿਆ ਜਿਹਦੇ ਨਾਲ ਇੱਕ ਵਾਰ ਸੁਖਵੀਰ ਇਸ ਮਾਮਲੇ ਦੇ ਵਿੱਚ ਜਿਹੜੀ ਆ ਉਹਨੂੰ ਕਾਬੂ ਕਰ ਲਿਆ ਗਿਆ ਅਸੀਂ ਸਮਝਦੇ ਹਾਂ ਕਿ ਜਿਹੜੀਆਂ ਇਹ ਇਸ ਤਰ੍ਹਾਂ ਦੀਆਂ ਫੈਕਟਰੀਆਂ ਨੇ ਇਹ ਵੀ ਚੈੱਕ ਕੀਤੀ ਜਾਵੇ ਰਹਿਸ਼ੀ ਖੇਤਰ ਚ ਤਾਂ ਨਹੀਂ ਕਿਤੇ ਦਰਹੈਸੀ ਖੇਤਰ ਚ ਤਰਹੈਸੀ ਖੇਤਰ ਚੋਂ ਇਹ ਚੀਜ਼ਾਂ ਬਾਹਰ ਕੱਢੀਆਂ ਜਾਣੀਆਂ ਚਾਹੀਦੀਆਂ ਨੇ ਜੀ ਇਸ ਦੇ ਨਾਲੇ ਇੱਕ ਗੱਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਪਰਿਵਾਰ ਨੂੰ ਜਿਹੜਾ ਇੱਕ ਵੱਡੀ ਰਾਹਤ ਦਿੱਤੀ ਸੁਪਰੀਮ ਕੋਰਟ ਨੇ ਦੂਰੇ ਸੰਵਿਧਾਨ ਦੇ ਮਾਮਲੇ ਦੇ ਵਿੱਚ ਸੋਸ਼ਲਿਸਟ ਪਾਰਟੀ ਦੇ ਆਗੂ ਨੇ ਬਲਵੰਤ ਸਿੰਘ ਖੇੜਾ ਇਹਨਾਂ ਨੇ ਹੁਸ਼ਿਆਰਪੁਰ ਦੇ ਬਧੀਕ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਅਕਾਲੀ ਦਲ ਦੇ ਉੱਤੇ ਦੂਰੇ ਸੰਵਿਧਾਨ ਦੇ ਮਾਮਲੇ ਨੂੰ ਲੈ ਕੇ ਇੱਕ ਕੇਸ ਦائر ਕੀਤਾ ਹੋਇਆ ਫੌਜਦਾਰੀ 2009 ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਬਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਅੱਜ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਲੱਗਿਆ ਉਹਦੇ ਵਿੱਚ ਅਦਾਲਤ ਦੇ ਵਿੱਚ ਜੱਜ ਸਨ ਐਸ ਅਫਦਲ ਨजीर ਤੇ ਜਸਟਿਸ ਵੀ ਸੁਬ੍ਰਹਮਨੀਅਮ ਇਹ ਦੋ ਜਸਟਿਸਾਂ ਦੀ ਅਗਵਾਈ ਦੇ ਵਿੱਚ ਜੱਜਾਂ ਦੀ ਅਗਵਾਈ ਦੇ ਵਿੱਚ ਸੁਣਵਾਈ ਹੋਈ ਦਲੀਲ ਦਿੱਤੀ ਡਾਕਟਰ ਦਲਜੀਤ ਸਿੰਘ ਆਪਣਾ ਸਪ੍ਰਕਾਸ਼ਕ ਬਾਦਲ ਵੱਲੋਂ ਆਰਐਸ ਚੀਮਾ ਇਸੇ ਤਰ੍ਹਾਂ ਇੱਕ ਹੋਰ ਵਕੀਲ ਕੇਵੀ ਵਿਸ਼ਵਨਾਥਨ ਤੇ ਸੰਦੀਪ ਕਪੂਰ ਇਹਨਾਂ ਨੇ ਕਿਹਾ ਕਿ ਜੀ ਪਾਰਟੀ ਦੋਸ਼ ਇਹ ਹੈ ਕਿ ਜਦੋਂ ਇਹ ਅਕਾਲੀ ਦਲ ਵਿਧਾਨ ਸਭਾ ਚੋਣਾਂ ਲੜਦਾ ਹੈ ਧਰਮ ਨਿਰਪੱਖ ਬਣ ਜਾਂਦਾ ਹੈ ਜਦੋਂ ਇਹ ਸ਼ਰੂਨੀ ਕਮੇਟੀ ਚੋਣਾਂ ਲੜਦੇ ਨੇ ਉੱਥੇ ਜਾ ਕੇ ਆਪਣੇ ਆਪ ਨੂੰ ਧਾਰਮਿਕ ਦੱਸਣ ਲੱਗ ਜਾਂਦੇ ਨੇ ਉੱਥੇ ਉਹਨਾਂ ਨੇ ਦਲੀਲ ਦਿੱਤੀ ਕਿ ਧਾਰਮਿਕ ਚੋਣਾਂ ਨਿਰਪੱਖਤਾ ਦੇ ਸਿਧਾਂਤਾਂ ਦੇ ਉਲਟ ਨਹੀਂ ਹੈਗੀਆਂ ਸਿਆਸੀ ਪਾਰਟੀ ਸ਼੍ਰੋਮਣੀ ਕਮੇਟੀ ਚੋਣਾਂ ਲੜਦੀ ਹੈ ਇਹਦਾ ਮਤਲਬ ਇਹ ਨਹੀਂ ਕਿ ਉਹ ਧਰਮ ਨਿਰਪੱਖ ਨਹੀਂ ਹੈ ਭਾਰਤੀ ਚੋਣ ਕਮਿਸ਼ਨ ਤੇ ਗੁਰਦੁਆਰਾ ਚੋਣ ਕਮਿਸ਼ਨ ਸੰਵਿਧਾਨ ਕੋਲ ਇਸ ਮਾਮਲੇ ਦੀ ਦਾਰਸਾਜੀ ਇਹਨੂੰ ਧੋਖਾਧੜੀ ਨਾ ਮੰਨਿਆ ਜਾਵੇ ਇਸ ਕਰਕੇ ਅ ਅਦਾਲਤ ਨੇ ਕਿਹਾ ਕਿ ਤੁਸੀਂ ਜੀ ਇਹਦੇ ਤੇ ਅਜੇ ਰੋਕ ਲਾਈ ਜਾਂਦੀ ਹੈ ਜਿਹੜਾ ਖਿੜਾ ਸਾਹਿਬ ਦਾ ਵਕੀਲ ਹੈ ਉਹਨਾਂ ਦਾ ਨਾਮ ਹੈਗਾ ਇੰਦਰਾ ਉਮਰਾਓ ਉਹਨਾਂ ਨੇ ਜਦੋਂ ਉੱਥੇ ਕਿਹਾ ਇੰਦਰਾ ਉਨੀਅਰ ਉਹਨਾਂ ਨੇ ਕਿਹਾ ਕਿ ਜੀ ਮੇਰੀਆਂ ਦਲੀਲਾਂ ਵੀ ਸੁਣੋ ਅਦਾਲਤ ਕਹਿੰਦੀ ਕਿ ਤੁਸੀਂ ਆਪ ਦਾ ਜਵਾਬ ਦਾਵਾ ਦਾਇਰ ਕਰੋ ਅਗਲੀ ਤਰੀਕ ਦੇ ਉੱਤੇ ਤੁਹਾਡੀਆਂ ਦਲੀਲਾਂ ਦੀ ਵੀ ਸਰਵਾਈ ਕੀਤੀ ਜਾਵੇਗੀ 13 ਸਾਲ ਹੋ ਗਏ ਇਸ ਮਾਮਲੇ ਨੂੰ ਤੁਰਿਆ ਫਿਰਦਿਆਂ ਕਦੇ ਇਹ ਕਿਸੇ ਤਰੀਕੇ ਨਾਲ ਇਹਨੂੰ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਸ਼ੁਰੂਣੀ ਅਕਾਲੀ ਦਲ ਦਾ ਪ੍ਰਧਾਨ ਤੇ ਉਹ ਸਰਮਾਇਦਾਰੀ ਦੀ ਪਾਰਟੀ ਆ ਵੱਡੇ ਲੋਕ ਨੇ ਉੱਥੇ ਵੱਡੇ ਵਕੀਲ ਆ ਉਹਨਾਂ ਕੋਲੇ ਤੇ ਫਿਰ ਸਰਜੀਤ ਪਾਤਰ ਦੀਆਂ ਉਹ ਲੈਣਾ ਯਾਦ ਕਰ ਲਿਆ ਕਰੋ ਇੱਥੇ ਬੰਦੇ ਵਿਰਖ ਬਣ ਕੇ ਫੈਸਲੇ ਸੁਣਦਿਆਂ ਸੁਣਦਿਆਂ ਜੀ ਜੇਕਰ ਗੱਲ ਕੀਤੀ ਆ ਪੰਜਾਬ ਪੁਲਿਸ ਦੀ ਤਾਂ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ 4 ਮਹੀਨਿਆਂ ਦੇ ਵਿੱਚ ਜਿਹੜੇ 7000 ਨਸ਼ਾ ਤਸਕਰ ਨੇ ਉਹਨਾਂ ਨੂੰ ਕਾਬੂ ਕੀਤਾ ਹੈ ਇਹ ਕੱਲ ਜਿਹੜੇ ਆਈਜੀ ਹੈੱਡ ਕੁਆਰਟਰ ਨੇ ਸੁਖਚੰਦ ਸਿੰਘ ਗਿੱਲ ਸਾਹਿਬ ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ 6997 ਗ੍ਰਿਫਤਾਰੀਆਂ ਹੋਈਆਂ ਇਹਨਾਂ ਵਿੱਚੋਂ 1097 ਰਸੂਖਦਾਰ ਵਿਅਕਤੀ ਨੇ 580 ਵਪਾਰਕ ਮਾਮਲਿਆਂ ਦੇ ਤਹਿਤ ਕੁੱਲ 5346 ਐਫਆਈਆਰ ਦਰਜ ਹੋਈਆਂ ਨੇ ਇਸੇ ਮਾਮਲੇ ਦੇ ਵਿੱਚ ਇਹ ਵੀ ਉਹਨਾਂ ਨੇ ਦੱਸਿਆ ਕਿ 259.7 260 ਮੰਨ ਲਓ 80 ਕਿਲੋਗ੍ਰਾਮ ਹੈਰੋਇਨ ਵਬ੍ਰੰਦ ਹੋਈ ਹੈ ਗੁਜਰਾਤ ਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ 147.5 ਕਿਲੋਗ੍ਰਾਮ 4 ਮਹੀਨਿਆਂ ਵਿੱਚ 406 ਹੈਰੋਨ ਦੀ ਰਿਕਵਰੀ ਹੋਈ ਹੈ ਹੈਰੋਨ ਦੀ ਵੱਡੀ ਖੇਪ ਬਰਾਮਦ ਹੋਈ ਹੈ ਸੂਬੇ ਵਿੱਚੋਂ 300 ਕਿਲੋ ਵਿਮ 197 ਕਿਲੋ ਗਾਂਜਾ 3 ਕੁਇੰਟਲ ਦੇ ਕਰੀਬ ਭੁੱਕੀ ਅਤੇ ਫਰਮਾ ਓਪੀਡੀ ਯੋਜ ਦੀਆਂ 27.56 ਲੱਖ ਗੋਲੀਆਂ ਵੀ ਨਸ਼ੀਲੀਆਂ ਟੀਕੇ ਸ਼ੀਸ਼ੀਆਂ ਕੈਪਸੂਲ ਆਦ ਬਰਾਮਦ ਕੀਤੇ ਗਏ ਹਨ ਇਸ ਤੋਂ ਇਲਾਵਾ ਪੁਲਿਸ ਨੇ ਤਸਕਰਾਂ ਦੇ ਕਬਜ਼ੇ ਚੋਂ 4.49 ਕਰੋੜ ਦੀ ਡਰੱਗ ਬਰੀ ਵੀ ਬਰਾਮਦ ਕੀਤੀ ਹੈ ਇਹਦੇ ਨਾਲ ਹੀ 5 ਜੁਲਾਈ ਨੂੰ ਉਹ ਦੱਸਿਆ ਕਿ ਬਹੁਤ ਸਾਰੇ ਭਗੌੜਿਆਂ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਮਹਿੰਮ ਸ਼ੁਰੂ ਕੀਤੀ ਗਈ ਸੀ ਪੰਜਾਬ ਅੰਦਰ ਪੁਲਿਸ ਨੇ ਇਸ ਅਰਸੇ ਦੇ ਦੌਰਾਨ ਭਗੌੜੇ 383 ਫੜ ਲਏ ਨੇ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਜਿਨ੍ਹਾਂ ਨੂੰ ਅਸੀਂ ਪੀਓ ਕਹਿੰਦੇ ਆ ਪ੍ਰੋਕਲੇਮਡ ਆਫੈਂਡਰਸ ਉਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਮਬਈ ਤੇ ਬਡਾਲਾ ਪੁਲਿਸ ਨਸ਼ਾ ਤਸਕਰਾਂ ਨੂੰ ਜਿਹੜੀ ਇਹਨਾਂ ਨੇ ਅੰਤਰਰਾਜੀ ਇੱਕ ਟੀਮ ਬਣਾਈ ਹੈ ਉਹਦੇ ਤਹਿਤ ਇੱਕ 16.983 ਕਿਲੋਗ੍ਰਾਮ ਜੋ 55 ਲੱਖ ਦਾ ਨਸ਼ੀਲਾ ਵਸਤੂਬੰਦ ਹੈ ਉਹਦੇ ਨਾਲ ਤਿੰਨ ਕੁਝ ਤਸਕਰ ਵੀ ਨਸ਼ਾ ਤਸਕਰ ਵੀ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ ਪਾਕਿਸਤਾਨ ਨੂੰ ਰਵਾਨਾ ਹੋਇਆ 100 ਦੇ ਕਰੀਬ ਸਿੱਖਾਂ ਦਾ ਜਥਾ ਇਹ ਬਾਗਾਂ ਤੋਂ ਗਏ ਆ ਜੀ ਜੀ ਬਾਗਾਂ ਸਰ ਹੱਦ ਰਹੀਂ ਗਏ ਆ ਨਨਕਾਣਾ ਸਾਹਿਬ ਤੇ ਹੋਰ ਗੁਰਦ ਧਾਮਾਂ ਦੇ ਦਰਸ਼ਨ ਕਰਨਗੇ ਉੱਥੇ 9 ਤਰੀਕ ਨੂੰ 8 ਤਰੀਕ ਨੂੰ ਇਹ ਮਨਾਇਆ ਜਾ ਰਿਹਾ ਉਸ ਤੋਂ ਬਾਅਦ ਵਾਪਸ ਪਰਤਣਗੇ ਇਹਦੇ ਵਿੱਚ ਜਿਹੜੀ ਅਗਵਾਈ ਕਰ ਰਹੇ ਨੇ ਉਹ ਕੈਨੇਡਾ ਦੇ ਬਲਵੰਤ ਸਿੰਘ ਯੂ ਐਸ ਏ ਤੋਂ ਰਣਜੀਤ ਕੌਰ ਤੇ ਹੋਰ ਨੇ ਕੁੱਲ 100 ਸ਼ਰਧਾਲੂ ਦਾ ਜਥਾ ਅਜੇ ਹੋਰ ਜਿਹੜਾ ਸ਼ਰੂ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਲਗਭਗ 3000 ਸ਼ਰਧਾਲੂਆਂ ਦਾ ਜਥਾ ਉੱਧਰ ਜਾਂਦਾ ਉਹਨਾਂ ਨੇ ਵੀ ਜਾਣਾ ਹੈ ਜਿਹੜਾ ਜਥਾ ਉੱਥੇ ਨਨਕਾਣਾ ਸਾਹਿਬ ਹਸਨ ਅਬਦਾਲ ਜਿਹੜੀ ਓਕਾੜ ਵਾਪਰਿਆ ਸੀ ਸ਼ਤਾਬਦੀ ਬਣਾਉਣ ਵਾਸਤੇ ਗਏ ਹੋਏ ਨੇ ਉਹਨਾਂ ਨੇ ਹੁਣ ਅੱਜ ਭਲਕ ਦੇ ਵਿੱਚ ਭਰਤ ਆਉਣਾ ਹੈ ਬਾਬਸ ਪਰਤੇ ਉਹਨੇ ਇਹ ਜਥਾ ਸਾਡੇ ਜਿਹੜਾ ਆ ਇੱਥੋਂ ਦੀ ਪਾਕਿਸਤਾਨ ਗਿਆ ਬਾਗਾਸਾ ਹਜ਼ਰੀ ਜੀ ਸਿੱਧੂ ਮੂਸੇਵਾਲਾ ਕਤਲकांड ਮਾਮਲੇ ਦੇ ਵਿੱਚ ਫਰਾਰ ਗੈਂਗਸਟਰ ਤਿੰਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦਾ ਹੁਣ ਮਾਨਸਾ ਅਦਾਲਤ ਨੇ ਜਿਹੜਾ 8 ਦਿਨਾਂ ਦਾ ਰਮਾਨ ਦਿੱਤਾ। ਉੱਥੇ ਚੀਫ ਜੁਡੀਸ਼ੀਅਲ ਰਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕਰਨ ਤੋਂ ਪਹਿਲਾਂ ਉਹਨਾਂ ਨੂੰ ਮਾਨਸਾ ਦੇ ਹਸਪਤਾਲ ਦੇ ਵਿੱਚ ਮੈਡੀਕਲ ਲਈ ਲਿਆਂਦਾ ਗਿਆ। ਚਰਚਾ ਇਹ ਹੈ ਕਿ ਇਸ ਤੋਂ ਪੁੱਛਗਿੱਛ ਜਿਹੜੀ ਹੈ ਉਹ ਹੋਰ ਥਾਤੇ ਹੋਵੇਗੀ। ਸਾਡੀ ਜਾਣਕਾਰੀ ਮੁਤਾਬਕ ਉਸ ਰੂਸੀ ਹੈ ਸਟਾਫ ਪਟਿਆਲਾ ਲਿਆਂਦਾ ਗਿਆ। ਸੀਆਈਏ ਸਟਾਫ ਪਟਾਲਾ ਦੇ ਵਿੱਚ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਆਮ ਤੌਰ ਤੇ ਜਖਾੜੜ ਲੈ ਕੇ ਜਾਂਦੇ ਨੇ ਜਾਂ ਰਾਜਪੁਰੇ ਲੈ ਕੇ ਜਾਂਦੇ ਨੇ ਸੀਆਈਏ ਸਟਾਫ ਪਟਾਲਾ ਬਿਲਕੁਲ ਇੱਕ ਕਪੈਸਿਟੀ ਹੈ ਹੁਣ ਪਤਾ ਲੱਗਿਆ ਕਿ ਇਸ ਤੀਨੂ ਨੂੰ ਉਹਦੀ ਜਿਹੜੀ ਖਾਤਰਦਾਰੀ ਸੇਵਾ ਭਾਵਨਾ ਉਹਦੀ ਇੱਥੇ ਇਸ ਸੀਆਈਏ ਸਟਾਫ ਮਾਈ ਦੀ ਸਰਾਹ ਦੇ ਵਿੱਚ ਪੁਲਿਸ ਵੱਲੋਂ ਕੀਤੀ ਜਾਵੇਗੀ ਜੀ ਧੰਨਵਾਦ ਜੀ ਐਸਐਨ ਡੀਫ ਦੇ ਸੀਨੀਅਰ ਡਿਟੇਲਡ ਡਿਸਪਾਲ ਸਿੰਘ ਟਿਲ ਉਹ ਜਿਨ੍ਹਾਂ ਨੇ ਵੱਖ-ਵੱਖਰੇ ਮੁੱਦਿਆਂ ਤੇ ਚਰਚਾ ਕੀਤੀ ਜਲਦ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਮੰਗੇ ਸਾਨੂੰ ਦੇ ਉਜਾਸ ਧੰਨਵਾਦ